ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਗਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਬਾਣੀ ਬਿਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ ਜਨਮ ਜਨਮ ਦੀ ਕੱਟੀ ਹੈ ਤੁਧ ਡਿਠੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕੱਟੀ ਹੈ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਨਸਰੀ ਮਹਲਾ ਪਹਿਲਾ ਜਿਉ ਤਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲਾਏ ਜਿਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਿਲ ਲਾਏ ਬਹੁਤ ਬੋਲਣ ਚੱਖਣ ਹੋਏ ਬਿਨ ਬੋਲੇ ਜਾਣੇ ਸਭ ਸੋਏ ਰਹਾਓ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜੇਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਵਜ ਪਵਨ ਆਖੇ ਸਭ ਜਾਏ ਜੇਤਾ ਮੋ ਪ੍ਰੀਤ ਸੁਆਦ ਸਭ ਕਾਲਖ ਦਾਗਾ ਦਾਗ ਦਾਗ ਦੋਸ ਮੋਹ ਚੱਲਿਆ ਲਾਏ ਦਰਗੇ ਬੈਸਣ ਨਹੀਂ ਜਾਏ ਕਰਮ ਮਿਲੇ ਅੱਖਣ ਤੇਰਾ ਨਾਉ ਜਿਤ ਲਗ ਤਰਨਾ ਹੋਰ ਨਹੀਂ ਥਾਉ ਜੇ ਕੋ ਡੁਬੇ ਫਿਰ ਹੋਵੇ ਸਾਰ ਨਾਨਕ ਸਾਚਾ ਸਰਬ ਦਾਤਾਰ ਕਰਮ ਮਿਲੇ ਆਖਣ ਤੇਰਾ ਨਾਉ ਜਿਤ ਲਗ ਤਰਨਾ ਹੋਰ ਨਹੀਂ
ਕੋ ਡੁਬੇ ਫਿਰ ਹੋਵੇ ਸਾਰ ਨਾਨਕ ਸਾਚਾ ਸਰਬ ਦਾਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੇ ਸਤਿਗੁਰੂ ਜੀ ਦੇ ਹੁਕਮਨਾਮੇ ਦੇ ਰੂਪ ਵਿੱਚ ਜੋ ਬਚਨ ਸਰਵਣ ਕੀਤੇ ਹਨ ਪਹਿਲੇ ਪਾਤਸ਼ਾਹ ਪਹਿਲੇ ਸਤਿਗੁਰੂ ਨਿਰੰਕਾਰੀ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਤਨਾਸਰੀ ਰਾਗ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪੰਨਾ 661 ਅਤੇ 62 ਉੱਪਰ ਦਰਜ ਹਨ। ਸ਼ਬਦ ਦਾ ਫੋਕਸ ਹੈ ਮਨੁੱਖ ਦੇ ਮਨ ਦਾ ਵਿਸ਼ਾਲ, ਮਨੁੱਖ ਦੇ ਜੋ ਦੁੱਖਾਂ ਭਰੀ ਕਥਾ ਹੈ, ਜੀਵਨ ਦੀਆਂ ਜੋ ਮੁਸ਼ਕਲਾਂ ਹਨ, ਸਤਿਗੁਰੂ ਉਹਨਾਂ 'ਤੇ ਫੋਕਸ ਕਰ ਰਿਹਾ। ਅਸੀਂ ਸਾਰੇ ਹੀ ਇਹ ਕਹਿੰਦੇ ਹਾਂ ਬਹੁਤ ਪਰੇਸ਼ਾਨ ਹਾਂ, ਬਹੁਤ ਦੁਖੀ ਹਾਂ, ਮਨ ਦੁਖੀ ਹੈ, ਤਨ ਦੁਖੀ ਹੈ, ਦੁੱਖ ਹੀ ਦੁੱਖ ਹਨ। ਫਰੀ ਤਾਂ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸੁਭਾਇਆ ਜਗ, ਉੱਚੇ ਚੜ੍ਹ ਕੇ ਦੇਖਿਆ ਕਰ ਕਰਕੇ ਅੱਗ। ਅੱਗ ਭਰ ਰਹੀ ਹੈ ਦੁੱਖਾਂ ਦੀ, ਤਕਲੀਫਾਂ ਦੀ, ਮੁਸ਼ਕਲਾਂ ਦੀ। ਮਨੁੱਖ ਦਾ ਮਨ ਹਿੱਲ ਗਿਆ ਹੈ, ਰੋਂਦਾ ਹੈ, ਕੁਰਲਾਉਂਦਾ ਹੈ, ਤਕਲੀਫ ਵਿੱਚ ਹੈ। ਸਤਿਗੁਰੂ ਜੀ ਸ਼ਬਦ 'ਤੇ ਅੰਦਰ ਇਸ ਗੱਲ 'ਤੇ ਸਾਨੂੰ ਫੋਕਸ ਕਰਕੇ ਸਾਨੂੰ ਸਮਝਾ ਰਹੇ ਹਨ ਕਿ ਦੁੱਖ ਦਾ ਇਲਾਜ ਕੀ ਹੈ, ਦੁੱਖ ਕਿਵੇਂ ਦੂਰ ਹੋਏਗਾ, ਹੇ ਮਾਨਵ ਤੇਰਾ ਦੁੱਖ ਕਿਸ ਤਰ੍ਹਾਂ ਦੂਰ ਹੋਏਗਾ। ਬੋਲਦਾ ਹੈ, ਕੁਰਲਾਉਂਦਾ ਹੈ, ਉਹ ਵਾਹਿਗੁਰੂ ਸਭ ਕੁਝ ਜਾਣਦਾ ਹੈ, ਕਿਹਨੂੰ ਸੁਣਾਉਂਦਾ ਹੈ। ਉਹਨੇ ਤੇਰੇ ਦੁੱਖ ਦਾ ਇਲਾਜ ਬਣਾਇਆ ਸੀ, ਪਰ ਤੂੰ ਉਸਨੂੰ ਭੁੱਲ ਗਿਆ ਹੈ, ਹੋਰ ਪਾਸੇ ਚਲਾ ਗਿਆ। ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਵਿੱਚ ਸ਼ਬਦ ਦਾ ਜੋ ਕੇਂਦਰੀ ਫੋਕਸ ਹੈ, ਕੇਂਦਰ ਹੈ, ਉਸ 'ਤੇ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਹਨ। ਬਹੁਤਾ ਬੋਲਣ ਚੱਖਣ ਹੋਏ, ਬਹੁਤ ਅਸੀਂ ਕੁਰਲਾਉਂਦੇ ਹਾਂ, ਰੋਂਦੇ ਹਾਂ, ਕਈਆਂ ਨੂੰ ਮਾੜਾ ਕਹਿੰਦੇ ਹਾਂ, ਕਿਸੇ ਨੂੰ ਬੁਰਾ ਕਹਿੰਦੇ ਹਾਂ, ਕਿਸੇ ਬਾਰੇ ਕੁਛ ਕਹਿੰਦੇ ਹਾਂ, ਹਰ ਵੇਲੇ ਉਲਾਂਭੇ ਦਿੰਦੇ ਹਾਂ ਕਿ ਰੱਬ ਨੇ ਸਾਡੇ ਨਾਲ ਅਨਿਆਂ ਕੀਤਾ ਹੈ, ਅਸੀਂ ਬਹੁਤ ਦੁਖੀ ਹਾਂ। ਸਤਿਗੁਰੂ ਕਹਿੰਦੇ ਨੇ ਬਹੁਤਾ ਬੋਲਣ ਚੱਖਣ ਹੋਏ, ਬੇਅਰਥ ਬੋਲ ਰਹੇ ਹਨ ਜਿਹਦੇ ਕੋਈ ਅਰਥ ਨਹੀਂ। ਜਿਹਨਾਂ ਮਰਜ਼ੀ ਬੋਲੀ ਜਾਓ, ਰੌਲਾ ਪਾਈ ਜਾਓ, ਇਹ ਰੌਲਾ ਰਪਾਈ ਹੈ, ਹਰ ਚੀਜ਼ ਜਿਹੜੀ ਹੈ ਫਜ਼ੂਲ ਤੁਸੀਂ ਕਰ ਰਹੇ ਹੋ। ਬਿਨ ਬੋਲੇ ਜਾਣੇ ਸਭ ਸੋਏ, ਸੋਏ ਉਹ ਪ੍ਰਭੂ ਪਰਮਾਤਮਾ ਜਿਹਨੂੰ ਸ਼ਿਕਵੇ ਕਰਦੇ ਰਹਿੰਦੇ ਹੋ, ਤੁਹਾਡੇ ਬੋਲਣ ਤੋਂ ਬਿਨਾਂ ਹੀ ਤੁਹਾਡੇ ਅੰਦਰ ਦੀ ਪੀੜ ਨੂੰ ਜਾਣਦਾ ਹੈ, ਉਸਨੂੰ ਪਤਾ ਹੈ ਕਿ ਤੁਹਾਨੂੰ ਕਿਉਂ ਦੁੱਖ ਹਨ ਅਤੇ ਦੁੱਖਾਂ ਦਾ ਰਸਤਾ ਕਿਹੜਾ ਹੈ, ਉਹ ਵੀ ਉਸਨੇ ਦੱਸਿਆ ਹੈ। ਉਸ ਰਸਤੇ 'ਤੇ ਅਸੀਂ ਚੱਲਣਾ ਹੈ। ਸ਼ਬਦ ਆਰੰਭ ਕਰਦਿਆਂ ਮਹਾਰਾਜ ਜੀ ਕਹਿ ਰਹੇ ਹਨ, ਜੀਓ ਤਤ ਹੈ ਬਾਰੋ ਬਾਰ, ਜੀਓ ਔਰ ਸੈਲਫ, ਸਾਡਾ ਆਪਣਾ ਆਪ ਵਿੱਚ ਤਨ ਵੀ ਹੈ, ਮਨ ਵੀ ਹੈ ਸ਼ਾਮਲ। ਜੀਓ ਤਤ ਹੈ ਬਾਰੋ ਬਾਰ, ਪਲ ਪਲ, ਅਗੇਨ ਐਂਡ ਅਗੇਨ, ਟਾਈਮ ਐਂਡ ਅਗੇਨ, ਵੀ ਟਾਕ ਆਫ ਸਫਰਿੰਗ, ਵੀ ਆਰ ਬਰਨਿੰਗ। ਇਸ ਸੰਸਾਰ ਸਾਗਰ ਦੇ ਵਿੱਚ ਜੋ ਪਾਵਕ ਸਾਗਰ ਹੈ, ਅਗਨੀ ਦਾ ਸਾਗਰ, ਕਾਮ ਕ੍ਰੋਧ ਲੋਭ ਮੋਹ ਹੰਕਾਰ ਮਾਇਆ ਦਾ ਸਾਗਰ ਹੈ, ਉਹਦੇ ਵਿੱਚ ਅਸੀਂ ਦੁਖੀ ਹੋ ਰਹੇ। ਜੀਓ ਤਤ ਹੈ ਬਾਹਰੋ ਬਾਹਰ, ਇੱਕ ਦੁੱਖ ਆਇਆ, ਫਿਰ ਆ ਗਿਆ, ਫਿਰ ਆ ਗਿਆ, ਹਰ ਵੇਲੇ ਦੁਖੀ। ਤਪ ਤਪ ਖਪੈ ਬਹੁਤ ਬੇਕਾਰ,
इतनी तपश है, इतनी अग्नि है, इतने दुखां दुखां दी जो मन दे विच आवाज उठती है, मन जी कहंदे ने तप तप खपे, एवे खपदा रहिंदा है जीव जिहड़ा खपदा रहिंदा है। ते जिन्ना खपदा है बहुत बेकार, ओ होर बेकार गल्लां वल, माड़ियां चीज़ां वल, he is attracted towards evils, माड़ियां गल्लां वल ओ अट्रैक्ट हो जाता है, ते असल फोकस नहीं हो जाता है। गल की है करने वाली महाराज कहंदे ने, जय तन बाणी विसर जाए, जय तन बाणी विसर जाए, जिस शरीर नू, जिस ह्यूमन बीइंग नू, उस प्रभु दा नाम ए तुरकी बाणी आई, तेन सगली चिंत मिटाई, सारे फिक्र कटन खत्म करन वास्ते ए बाणी आई है संसार दे विच, असी उन्हूं भुला दिता, जय तन बाणी विसर जाए। जिन्हां ने बाणी नूं भुला दिता है, बाणी तो टुट गए हन, गुरु दे उपदेश तो टुट गए हन, उन्हां दी हालत की है, महाराज जी बड़े सख्त शब्द वरते हन, जो पक्का रोगी विलदा है। पक्का रोगी उस रोगी नूं कहिंदे ने साडी पुरानी ट्रेडिशन दे विच, जिहनूं कोढ़ दा रोग होया होवे, उहदे नेड़े कोई जांदा नहीं, दुखी हुंदा है, तड़फदा रहिंदा है, अखीर मरदा है, मन की इच्छा होती है फिर भी नहीं, मौत भी नहीं आती, इतना दुख भोगदा है। जिस तरह वो रोगी है, पक्का रोगी है, कोड़ी है, महाराज कहते हैं जो बाणी को भुला बैठे ने, गुरु के उपदेश को भुला बैठे ने, उन्हां दी हालत भी कोई है, जिवें उहदे दुख दूर नहीं होंगे, इस तरह बाणी को विसार के इस शरीर के इस सेल्फ के दुख भी जिहड़े ने उह दूर नहीं हो सकते। बहुता बोलन चखन हुए, बिन बोले जाने सब सोए रहाओ। Now let us focus on the things, on the gifts which Vaheguru has granted us. Ki ditta, kadi sochya apa, kadi nahi sochya. Jin kan kite akhi naal. Dekho kinniya daatan bakhshiyan. Maharaj kehnde jisne sanu kan dite, ਅੰਦਾਜ਼ਾ ਲਗਾ ਲਓ ਉਸਦੇ ਕੰਨ ਬੰਦ ਹੁੰਦੇ ਨੇ, ਕੀ ਹਾਲਤ ਹੁੰਦੀ, ਘਰ ਵਿੱਚ ਜੀ ਆਪਸ ਵਿੱਚ ਲੜੀ ਜਾਂਦੇ ਨੇ, ਉਹ ਕਬੂਲੀ ਜਾਂਦਾ, ਉਹਨੂੰ ਦੂਜੇ ਪਤਾ ਹੀ ਨਹੀਂ ਲੱਗਦਾ ਕਿਤਨੀ ਮਾੜੀ ਅਵਸਥਾ ਸਾਡੀ ਹੋ ਜਾਂਦੀ ਹੈ। ਕੰਨ ਕਿੱਡੀ ਵੱਡੀ ਦਾਤ ਹੈ ਸੁਣਨ ਦੀ ਸ਼ਕਤੀ ਸਾਨੂੰ ਬਖਸ਼ੀ, ਜਿਨ ਕੰਨ ਕੀਤੇ ਅੱਖਾਂ ਦਿੱਤੀਆਂ ਹਨ ਵੇਖਣ ਵਾਸਤੇ, ਸਾਰੇ ਸੰਸਾਰ ਨੂੰ ਅਸੀਂ ਵੇਖ ਸਕਦੇ ਹਾਂ, ਇੰਜੋਏ ਕਰ ਸਕਦੇ ਹਾਂ, ਪਰ ਅੱਖਾਂ ਦਾ ਫੋਕਸ ਵੀ ਠੀਕ ਹੋਵੇ, ਅੱਖਾਂ ਕਿਸ ਪਾਸੇ ਚਲੀਆਂ ਜਾਂਦੀਆਂ ਨੇ, ਕਿਹਨਾਂ ਚੀਜ਼ਾਂ ਵੱਲ ਅਟਰੈਕਟ ਹੋ ਜਾਂਦੀਆਂ ਨੇ, ਇਹ ਅਸੀਂ ਸੋਚਣਾ ਹੈ ਉਸ ਵਾਹਿਗੁਰੂ ਦੇ ਹੁਕਮ ਨੂੰ ਮੰਨ ਕੇ, ਉਹਦੀ ਬਾਣੀ ਦੇ ਵਿੱਚ ਜੋ ਉਪਦੇਸ਼ ਹਨ ਉਸਨੂੰ ਮੰਨ ਕੇ। ਅੱਖਾਂ ਦਿੱਤੀਆਂ ਹਨ, ਨੱਕ ਦੇ ਦਿੱਤਾ ਹੈ, ਅੱਖਾਂ ਵੇਖਦੀਆਂ ਹਨ, ਨੱਕ ਖੁਸ਼ਬੂ ਦਾ ਸੁਨੇਹਾ ਦਿੰਦਾ ਹੈ, ਕਿਹੜੀਆਂ ਚੀਜ਼ਾਂ ਪਿਆਰੀਆਂ ਨੇ, ਖੁਸ਼ਬੂਦਾਰ ਨੇ, ਅਸੀਂ ਉਹਨਾਂ ਵੱਲ ਅਟਰੈਕਟ ਹੁੰਦੇ ਹਾਂ। ਇਹ ਕਿਤਨੀਆਂ ਵੱਡੀਆਂ ਦਾਤਾਂ ਹਨ, ਕਿਤਨੇ ਵੱਡੇ ਗਿਫਟ ਹਨ ਜਿਹੜੇ ਵਾਹਿਗੁਰੂ ਨੇ ਸਾਨੂੰ ਦਿੱਤੇ। ਤੇ ਫਿਰ ਜਿਨ ਜੇਵਾ ਦਿੱਤੀ ਬੋਲੇ ਤਾਰ, ਜ਼ਬਾਨ ਦਿੱਤੀ ਹੈ, ਜੇਵਾ ਦਿੱਤੀ ਬੋਲਦੀ ਹੈ, ਉਹਦਾ ਗਿਫਟ ਹੈ, ਬੋਲ ਕੇ ਆਪਣੀ ਗੱਲ ਕਹਿ ਸਕਦੇ ਹਾਂ, ਕਿਵੇਂ ਜ਼ਰਾ ਜਿੰਨੀ ਗੱਲ ਹੋਈ ਇੰਸਟੈਂਟ ਰਿਐਕਸ਼ਨ ਹੁੰਦਾ ਹੈ, ਜ਼ਬਾਨ ਬੋਲਦੀ ਹੈ, ਆਵਾਜ਼ ਦਿੰਦੀ ਹੈ, ਤਾਤ ਮੈਨੇ ਤਤਕਾਲ ਉਸੇ ਵੇਲੇ ਜ਼ਬਾਨ ਜੋ ਹਰਕਤ ਵਿੱਚ ਆ ਜਾਂਦੀ ਹੈ, ਕਿਤਨਾ ਵੱਡਾ ਗਿਫਟ ਹੈ। ਮੁਸ਼ਕਲ ਦੇ ਵੇਲੇ ਅਸੀਂ ਆਵਾਜ਼ ਦਿੰਦੇ ਹਾਂ, ਜ਼ਬਾਨ ਦੇ ਨਾਲ ਅਸੀਂ ਗੱਲ ਕਰਦੇ ਹਾਂ। ਤੋ ਸਤਿਗੁਰੂ ਕਹਿੰਦੇ ਨੇ, ਹੋਰ ਦੇਖੋ ਭਾਈ ਉਸ ਵਾਹਿਗੁਰੂ ਨੇ ਤੁਹਾਨੂੰ ਕੀ ਕੁਛ ਦਿੱਤਾ ਹੈ। ਜਿਨ ਮਨ ਰੱਖਿਆ ਅਗਨੀ ਪਾਏ, ਇਹ ਮਨ ਜਿਹੜਾ ਹੈ ਮਨੁੱਖ ਦਾ, ਇਹ ਬਹੁਤ ਤੰਗ ਕਰਦਾ। ਇਸੇ ਕਰਕੇ ਮਹਾਰਾਜ ਨੇ ਕਿਹਾ, ਮਨ ਜੀਤੈ ਜਗ ਜੀਤ। ਜੇ ਮਨ ਤੇ ਕਾਬੂ ਪਾ ਲਏਗਾ ਤੇ ਫਿਰ ਤੂੰ ਸਮਝਦਾ ਜਗਤ ਨੂੰ ਜਿੱਤ ਲਿਆ ਹੈ, ਤੇ ਜੀਵਨ ਦਾ ਮਨੋਰਥ ਤੈਨੂੰ ਪੂਰਾ ਹੋ ਗਿਆ। ਜਿਨ ਮਨ ਰੱਖਿਆ ਅਗਨੀ ਪਾਏ, ਇਹ ਮਾਇਆ ਦੀ ਅਗਨ ਚਾਰ ਚੁਫੇਰੇ ਪੜ ਰਹੀ ਹੈ, ਸੰਸਾਰ ਸਮੁੰਦਰ ਅੱਗ ਦਾ ਸਮੁੰਦਰ ਹੈ,
ਇਹਦੇ ਵਿੱਚ ਮਨ ਨੂੰ ਢਾੜਸ ਦੇਣ ਲਈ ਜਿਸਨੇ ਉਪਰਾਲਾ ਕੀਤਾ ਹੈ, ਤੈਨੂੰ ਬਾਣੀ ਬਖਸ਼ੀ ਹੈ, ਉਹ ਤੈਨੂੰ ਸਭ ਕੁਝ ਦੇ ਰਿਹਾ ਹੈ। ਕਿਤਨੀ ਸ਼ਕਤੀ ਮਨ ਨੂੰ ਮਿਲਦੀ ਹੈ ਜਿਸ ਵੇਲੇ ਮਨ ਟਿਕਾਅ ਵਿੱਚ ਆ ਜਾਂਦਾ ਹੈ। ਵਾਜਿਆ ਪਵਨ ਆਖੇ ਸਭ ਜਾਏ, ਪਵਨ ਦਾ ਵਾਜਾ ਮਤਲਬ ਸਾਨੂੰ ਸਵਾਸ ਦਿੱਤਾ ਹੈ। ਪਵਨ ਇੰਡੀਕੇਸ਼ਨ ਆਫ ਬ੍ਰੈਥ, ਜੇ ਬ੍ਰੈਥ ਹੈ ਤਾਂ ਕੁਛ ਸਭ ਕੁਛ ਹੈ, ਨਹੀਂ ਤੇ ਖਤਮ ਹੋ ਗਿਆ। ਹਮ ਆਦਮੀ ਹਾਂ ਇੱਕਦਮ ਹੀ, ਮੋਹਲਤ ਮੋਹਤ ਨ ਜਾਣਾ, ਖਤਮ। ਤਾਂ ਮਹਾਰਾਜ ਕਹਿੰਦੇ ਨੇ ਇਹ ਸਵਾਸ ਬਖਸ਼ਿਆ ਹੈ, ਪਵਨ ਸਵਾਸ ਦੇ ਰੂਪ ਵਿੱਚ ਬਖਸ਼ੀ ਹੈ। ਆਖੇ ਸਭ ਜਾਏ, ਸਭ ਥਾਵਾਂ 'ਤੇ ਜਾ ਕੇ ਤੁਸੀਂ ਆਪਣੀ ਗੱਲ ਕਰ ਸਕਦੇ ਹੋ, ਆਪਣਾ ਜੀਵਨ ਜਿਸ ਤਰ੍ਹਾਂ ਵੀ ਗੱਲ ਜੀਵਨ ਦੇ ਨਾਲ ਜੁੜਨਾ ਹੈ ਜੁੜ ਸਕਦੇ ਹੋ। ਕਿਤਨੀ ਵੱਡੀ ਸ਼ਕਤੀ ਤੁਹਾਨੂੰ ਮਿਲੀ। ਪਰ ਅਸੀਂ ਕੀ ਕੀਤਾ, ਜਾਂ ਦਾਤਾਂ ਨੂੰ ਭੁੱਲ ਗਏ, ਦਾਤਾਂ ਦਿੱਤੀਆਂ ਉਹਨਾਂ ਨੂੰ ਭੁੱਲ ਗਿਆ। ਮਨ ਦੇ ਵਿੱਚ ਸ਼ਿਕਵਾ ਰਿਹਾ ਕਿ ਮੈਂ ਦੁਖੀ ਹਾਂ, ਮੈਨੂੰ ਸੁੱਖ ਨਹੀਂ, ਮੈਂ ਤਪ ਰਿਹਾ ਹਾਂ, ਮੇਰੀ ਹਾਲਤ ਬੜੀ ਮਾੜੀ ਹੈ। ਸਤਿਗੁਰ ਕਹਿੰਦੇ ਨੇ ਕਿ ਤੂੰ ਕੰਮ ਗਲਤ ਕੀਤਾ ਹੈ। ਜੇਤਾ ਮੋਹ ਪ੍ਰੀਤ ਸਵਾਦ, ਇੱਕ ਤਾਂ ਤੂੰ ਸਵਾਦਾਂ ਵਿੱਚ ਪੈ ਗਿਆ। ਜੇਵਾ ਨਾਮ ਜਪਣ ਵਾਸਤੇ ਸੀ, ਚੰਗੇ ਬੋਲ ਬੋਲਣ ਵਾਸਤੇ ਸੀ, ਤੂੰ ਜੇਵਾ ਨੂੰ ਸਿਰਫ ਸਵਾਦ ਦਾ ਮਾਧਿਅਮ ਬਣਾ ਲਿਆ ਹੈ। ਇਸੇ ਤਰ੍ਹਾਂ ਹੀ ਮੋਹ ਅਟੈਚਮੈਂਟ ਵਿਦ ਵਰਲਡੀ ਥਿੰਗਸ, ਦੁਨਿਆਵੀ ਚੀਜ਼ਾਂ ਦੇ ਨਾਲ ਅਟੈਚਮੈਂਟ ਤੇਰੀ ਹੋ ਗਈ ਹੈ, ਇਹਨਾਂ ਨੂੰ ਤੂੰ ਪਿਆਰ ਕਰਨ ਲੱਗ ਪਿਆ ਹੈ। ਕਾਮ ਕ੍ਰੋਧ ਲੋਭ ਅਹੰਕਾਰ ਦੇ ਜੰਗਲ ਵਿੱਚ ਤੂੰ ਫਸ ਗਿਆ। ਸਭਾ ਕਾਲ ਦਾਦਾ ਦਾ ਯੂ ਸ਼ੁਡ ਬੀ ਅਵੇਅਰ, ਸਾਵਧਾਨ ਹੋ ਭਾਈ, ਇਹ ਜੋ ਕੁਛ ਤੂੰ ਕਰ ਰਿਹਾ ਹੈ ਸਭਾ ਕਾਲ, ਇਹ ਕਾਲਕ ਹੈ, ਸਾਰੇ ਕਲੰਕ ਲੱਗ ਰਿਹਾ ਹੈ ਇਸ ਮਨੁੱਖਾ ਜੀਵਨ ਦਾ, ਜੋ ਮਨੋਰਥ ਸੀ ਉਹਨੂੰ ਭੁੱਲ ਕੇ ਨਾਮ ਦੇ ਨਾਲ ਉਪਟ ਕੇ ਇਹ ਮਾਇਆ ਦੇ ਕਲੰਕ ਲੱਗੇ ਹਨ। ਅਤੇ ਦਾਗਾ ਦਾਗ, ਸਾਰਾ ਤਨ ਮਨ ਸਾਡਾ ਦਾਗਦਾਰ ਹੋ ਗਿਆ ਹੈ, ਦਾਗਾ ਨਾਲ ਭਰ ਗਿਆ ਹੈ। ਐਵਰੀਵੇਅਰ ਯੂ ਵਿਲ ਸੀ ਦੀ ਬਲੈਮਿਸ਼, ਇਹਦੇ ਉੱਤੇ ਦਾਗ ਲੱਗੇ ਹੋਏ ਹਨ। ਅਤੇ ਦਾਗ ਦੋਸਤ ਮੋਹ ਚੱਲਿਆ ਲਾਏ, ਹੁਣ ਇਹ ਤੇਰੇ ਚਿਹਰੇ 'ਤੇ ਦਾਗ ਲੱਗ ਗਿਆ ਮਾੜੀਆਂ ਗੱਲਾਂ ਦੇ, ਦੋਸ਼ ਗੁਨਾਹ ਕਰਦਾ ਹੋਇਆ, ਅਤੇ ਇਹ ਲੈ ਕੇ ਤੂੰ ਤੁਰ ਪਿਆ ਹੈ ਕਿ ਜੀਵਨ ਹੁਣ ਮੁੱਕ ਗਿਆ, ਚੱਲੀਏ ਹੁਣ। ਜਾਣਾ ਕਿੱਥੇ ਹੈ, ਜਾਣਾ ਉੱਥੇ ਹੀ ਹੈ ਜਿੱਥੋਂ ਤੂੰ ਆਇਆ ਹੈ, ਉਸ ਵਾਹਿਗੁਰੂ ਦੇ ਦਰਬਾਰ ਵਿੱਚ ਜਾਣਾ। ਦਾਗ ਦੋਸਤ ਮੋਹ ਚੱਲਿਆ ਲਾਏ, ਦਰ ਕੇ ਬੈਸਨ ਨਾਹੀਂ ਜਾਏ। ਧਿਆਨ ਰੱਖੀ, ਯੂ ਵਿਲ ਨਾਟ ਬੀ ਐਕਸੈਪਟਡ ਐਟ ਦੀ ਡਿਵਾਈਨ ਪੋਰਟਲ, ਵਾਹਿਗੁਰੂ ਦੀ ਦਰਗਾਹ ਦੇ ਵਿੱਚ ਦਰ ਕੇ ਬੈਸਨ, ਤੈਨੂੰ ਉੱਥੇ ਬਹਿਣ ਦਾ ਮੌਕਾ ਨਹੀਂ ਮਿਲੇਗਾ, ਕਿਉਂਕਿ ਤੂੰ ਪਾਈ ਠੀਕ ਨਹੀਂ ਕੀਤੀ, ਆਪਣੇ ਜੀਵਨ ਨੂੰ ਗਲਤ ਚੀਜ਼ਾਂ ਦੇ ਵਿੱਚ ਲਗਾ ਕੇ ਨਾਲੇ ਤਾਂ ਦੁਖੀ ਹੋਇਆ ਹੈ, ਨਾਲੇ ਮੂੰਹ 'ਤੇ ਕਾਲਖ ਬਣ ਕੇ ਉਸ ਪ੍ਰਭੂ ਦੇ ਦਰਬਾਰ ਵਿੱਚ ਜਾ ਰਿਹਾ, ਉੱਥੇ ਤੈਨੂੰ ਟਿਕਾਣਾ ਨਹੀਂ ਮਿਲੇਗਾ। ਸਤਿਗੁਰ ਕਹਿੰਦੇ ਨੇ ਇਹ ਕੰਫਲਿਕਟ ਹੈ ਜ਼ਿੰਦਗੀ ਦਾ, ਜਿਹਦੀ ਗੱਲ ਕਰ ਰਹੇ ਨੇ। ਅਤੇ ਅਖੀਰਲੀਆਂ ਪੰਕਤੀਆਂ ਵਿੱਚ ਸਾਨੂੰ ਸਮਝਾ ਵੀ ਦਿੱਤਾ ਹੈ ਕਿ ਅਜੇ ਵੀ ਭਾਈ ਵੇਲਾ ਹੈ, ਸਭ ਜਾਓ ਤਾਂ ਕਿ ਤੁਹਾਡਾ ਜੀਵਨ ਜਿਹੜਾ ਹੈ ਇਹਦਾ ਫੋਕਸ ਠੀਕ ਹੋ ਜਾਏ, ਇਹ ਠੀਕ ਰਸਤੇ 'ਤੇ ਚੱਲ ਪਾਓ। ਕਰਮ ਮਿਲੇ ਆਖਣ ਤੇਰਾ ਨਾਉ, ਗੱਲ ਸ਼ੁਰੂ ਹੋਈ ਸੀ ਜੈ ਤਨ ਬਾਣੀ ਵਿਸਰ, ਜਿਹਨਾਂ ਦੀ ਬਾਣੀ ਜਿਹਨਾਂ ਨੂੰ ਭੁੱਲ ਗਈ, ਉਹ ਦੁਖੀ ਹੋ ਗਏ, ਉਹ ਰੋਗੀ ਹੋ ਗਏ, ਇਹੋ ਜਿਹੇ ਰੋਗ ਲੱਗ ਗਏ ਜਿਹਨਾਂ ਦਾ ਕੋਈ ਹਿਸਾਬ ਨਹੀਂ। ਪਰ ਜੇ ਮਨ ਟਿਕਾਅ ਵਿੱਚ ਲਿਆਉਣਾ ਹੈ, ਬਾਣੀ ਦੇ ਨਾਲ ਜੁੜ ਗਏ, ਕਰਮ ਮਿਲੇ ਆਖਣ ਤੇਰਾ ਨਾਉ, ਮਹਾਰਾਜ ਕਹਿੰਦੇ ਕਿਰਪਾ ਹੁੰਦੀ ਹੈ ਵਾਹਿਗੁਰੂ ਜੀ, ਬਖਸ਼ਿਸ਼ ਹੁੰਦੀ ਹੈ, ਕਰਮ ਉੱਤਰ ਬਖਸ਼ਿਸ਼ ਬਖਸ਼ਿਸ਼ ਹੁੰਦੀ ਹੈ। ਇਹ ਪ੍ਰਭੂ ਜਦੋਂ ਤੇਰਾ ਅਸੀਂ ਨਾਮ ਲੈਣ ਲੱਗ ਪੈਂਦੇ ਹਾਂ, ਜਦੋਂ ਅਸੀਂ ਬਾਣੀ ਨਾਲ ਜੁੜ ਜਾਂਦੇ ਹਾਂ। ਜਿੱਤ ਲੱਗ ਤਰਨਾ ਹੋਰ ਨਹੀਂ ਥਾਉ, ਜਿਸ ਚੀਜ਼ ਨਾਲ ਲੱਗ ਕੇ ਇਸ ਪਾਵਕ ਸਾਗਰ ਅਗਨੀ ਸਾਗਰ ਤੋਂ ਪਾਰ ਹੋ ਜਾਈਏ, ਹੋਰ ਕੋਈ ਤਰੀਕਾ ਨਹੀਂ। ਦੇਰ ਇਜ਼ ਨੋ ਅਦਰ ਆਲਟਰਨੇਟਿਵ, ਇੱਕੋ ਹੀ ਹੈ ਕਿ ਬਾਣੀ ਦੇ ਨਾਲ ਜੁੜ ਜਾਓ, ਉਹਦੀ ਬਖਸ਼ਿਸ਼ ਦੇ ਨਾਲ ਤੁਹਾਨੂੰ ਨਾਮ ਜਪਣ ਦਾ ਜੋ ਮੌਕਾ ਮਿਲਦਾ ਹੈ ਉਸਨੂੰ ਕਦੀ ਗਵਾਓ ਨਹੀਂ। ਜੇ ਕੋ ਡੂਬੈ ਫਿਰ ਹੋਵੇ ਸਾਰ, ਸਤਿਗੁਰੂ ਕਹਿੰਦੇ ਨੇ ਜੇ ਕੋਈ ਦੁਨਿਆਵੀ ਗੱਲਾਂ ਦੇ ਵਿੱਚ ਗੁਆਚ ਗਿਆ, ਡੁੱਬ ਗਿਆ, ਇਸ ਸੰਸਾਰ ਸਾਗਰ ਦੀਆਂ ਜੋ ਮੋਹ ਮਮਤਾ ਦੀਆਂ ਚੀਜ਼ਾਂ ਹਨ ਉਹਨਾਂ ਵਿੱਚ ਡੁੱਬ ਗਿਆ, ਅਤੇ ਫਿਰ ਸਾਵਧਾਨ ਹੋ ਕੇ ਨਾਮ ਨਾਲ ਜੁੜ ਗਿਆ, ਬਾਣੀ ਨਾਲ ਜੁੜ ਗਿਆ, ਫਿਰ ਉਹਦੀ ਸਾਰ ਉਹ ਆਪ ਲੈਂਦਾ ਹੈ, ਉਹਦੀ ਸੰਭਾਲ ਕਰਦਾ ਹੈ। ਨਾਨਕ ਸਾਚਾ ਸਰਬ
ਪਰਮਾਤਮਾ ਸੱਚਾ ਦਾਤਾਰ ਹੈ, ਦਾਤਾ ਦੇਣ ਵਾਲਾ ਹੈ, ਸਾਰਿਆਂ ਨੂੰ ਦਾਤਾ ਦੇਣ ਵਾਲਾ ਹੈ, ਸਰਬ ਦਾ ਦਾਤਾਰ, ਸਭ ਤੇ ਕਿਰਪਾ ਕਰਦਾ। ਇਸ ਕਰਕੇ ਭਾਈ ਤਪੋ ਨਾ, ਦੁਖੀ ਨਾ ਹੋਵੋ, ਲਾਂਭੇ ਨਾ ਦਿਓ, ਨਿਹੋਰੇ ਨਾ ਦਿਓ, ਇੱਕੋ ਚੀਜ਼ ਕਰੋ, ਬਾਣੀ ਨਾਲ ਜੁੜ ਜਾਓ, ਸਿਮਰ ਨਾਲ ਜੁੜ ਜਾਓ, ਤੇ ਫਿਰ ਉਹਦੀ ਕਿਰਪਾ ਦੇ ਵੀ ਰੋਸ਼ਨ ਨਾਲ ਕਰਨਗੇ, ਤੁਹਾਡਾ ਜੀਵਨ ਸੁੰਦਰ ਔਰ ਚੰਗਾ ਬਣ ਜਾਏਗਾ। ਤੇ ਜੋ ਜੀਵਨ ਦਾ ਮਨੋਰਥ ਹੈ ਉਹ ਪੂਰਾ ਹੋ ਜਾਏਗਾ। ਸਾਧ ਸੰਗਤ ਅਰਦਾਸ ਕਰੀਏ, ਸਾਡੇ ਤੇ ਕਿਰਪਾ ਹੋਵੇ, ਬਖਸ਼ਿਸ਼ ਹੋਵੇ, ਸਤਿਗੁਰੂ ਦੇ ਉਪਦੇਸ਼ਾਂ ਨੂੰ ਜੋੜ ਨਾਲ ਜੁੜ ਕੇ ਅਸੀਂ ਜੀਵਨ ਨੂੰ ਸਫਲ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ 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 ਜੀ, ਵਾਹਿਗੁਰੂ ਜਪੋ ਸਤਨਾਮ 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 ਜੀ, ਵਾਹਿਗੁਰੂ ਸਤਨਾਮ 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 ਜੀ, ਵਾਹਿਗੁਰੂ 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 ਜੀ, ਜਪੋ ਸਤਨਾਮ 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 ਜੀ, ਵਾਹਿਗੁਰੂ 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 ਜੀ, ਜਪੋ ਸਤਨਾਮ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।